वाहिगुरु जी का खालसा वाहिगुरु जी की फतेह जी। अज बहुत ही पवित्र दिन ते खुशियां भरिया दिन 29 रोजिया तो बाद अज ईद का पवित्र दिन आया आ। अक्सर 30 रोजे होंगे ने पर इस बार 29 रोजे सीगे ते साडे पिंड दे विच वी बहुत उत्साह नाल ईद का पवित्र त्यौहार मनाया जाता आ। ते अज असी ना थोनू अपने पिंड दे विच ईद किस तरह मनाई आ, नमाज पढ़ी गई आ, सारा कुछ थोनू असी अपने पिंड दे विच दिखावांगे। अज ईद का पवित्र त्यौहार असी भी मनावांगे ते तुसी भी मनायो साडे नाल जरूर। साडे पिंड आयो अज थोनू ईद का पवित्र त्यौहार दिखाउने आ मनाउने आ। ते इह ने साडे शेख साहब जी, ਇਹ ਇਹਨਾਂ ਦੀ ਜਿਹੜੀ ਯੂਨੀਫਾਰਮ ਆ, ਇਹ ਸਾਊਦੀ ਅਰਬ ਦੇ ਵਿੱਚ ਲੋਕ ਪਾਉਂਦੇ ਨੇ ਇਹ, ਤੇ ਇਹ ਇਹਦੇ ਨਾਨੇ ਨੇ ਭੇਜੀ ਆ ਉੱਥੋਂ। ਤੇ ਦੇਖੋ ਸਾਡਾ ਇਹ ਸ਼ੇਖ ਆ ਇਹ, ਤੇ ਇਹ ਕੁਛ ਲਫ਼ਜ਼ ਕਹਿਣਾ ਚਾਹੁੰਦਾ। ਹਾਂਜੀ ਸ਼ੇਖ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਪੈਸਾ ਬਹੁਤ ਹੈ, ਬੋਲੋ ਜੀ, ਬੋਲੋ ਕੀ ਕਹਿਣਾ ਚਾਹੁੰਦੇ ਹੋ? ਬੋਲੋ ਸ਼ੇਖ ਸਾਹਿਬ, ਬੋਲੋ। ਕਿਲੇ ਦੇ ਅੰਦਰ ਮਸਜਿਦ ਆ, ਤੇ ਇਹ ਕਿਲੇ ਦੇ ਬਾਹਰ ਨਾ ਦੁਕਾਨਾਂ ਲੱਗੀਆਂ ਹੋਈਆਂ ਨੇ, ਆਈਸਕ੍ਰੀਮ ਦੀਆਂ ਜਾਂ ਹੋਰ ਕੁਛ ਖਾਣ ਪੀਣ ਦੀਆਂ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ। ਜੇ ਕਿਸੇ ਵੀਰ ਨੇ ਟੋਪੀ ਵਗੈਰਾ ਲੈਣੀ ਹੋਵੇ ਜਾਂ ਕੋਈ ਇਤਰ ਸੈਂਟ ਪਰਫਿਊਮ ਵਗੈਰਾ ਵੀ ਲੈਣਾ ਹੋਵੇ, ਰੁਮਾਲ ਵਗੈਰਾ ਲੈਣਾ ਹੋਵੇ, ਉਹ ਵੀ ਇੱਥੋਂ ਬਾਹਰੋਂ ਸਾਰਾ ਕੁਛ ਮਿਲਦਾ ਆ। ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਹਰ ਸਾਰੀਆਂ ਜੀ। ਇਹ ਕਿਲੇ ਦੇ ਵਿੱਚ ਨਾ ਰਿਪੇਅਰ ਦਾ ਕੰਮ ਚੱਲ ਰਿਹਾ ਆ, ਜਾਣੀ ਆਉਣ ਵਾਲੇ ਇਸ ਸਾਲ ਦੇ ਆਖਰ ਤੱਕ ਮੁਕੰਮਲ ਹੋ ਜਾਣਾ ਇਹਦਾ ਕੰਮ ਰਿਪੇਅਰ ਦਾ। ਅਤੇ ਜਿਹੜੀ ਇਹ ਮਸਜਿਦ ਆ ਵੀ ਦੇਖੋ ਬਹੁਤ ਪੁਰਾਣੀ ਆ, ਜਾਣੀ ਮੇਰੇ ਸਾਨੂੰ 500 ਤੋਂ 600 ਸਾਲ ਪੁਰਾਣੀ ਮਸਜਿਦ ਹੋਣੀ ਆ। ਇਹਨਾਂ ਸਾਰਿਆਂ ਦਾ ਨਾ ਰਿਪੇਅਰ ਦਾ ਕੰਮ ਚੱਲ ਰਿਹਾ ਆ, ਉਸ ਕਰਕੇ ਇਹ ਖੁਦਾਈ ਹੋ ਰਹੀ ਆ, ਇਹ ਕੰਮ ਚੱਲ ਰਿਹਾ ਆ। ਕਈ ਵੀਰ ਸਾਡੀ ਪੁਰਾਣੀ ਵੀਡੀਓ ਦੇ ਵਿੱਚ ਪੁੱਛ ਰਹੇ ਸੀ ਨਾ ਵੀ ਕਿਲੇ ਦੇ ਵਿੱਚ ਖੁਦਾਈ ਕਾਹਤੇ ਕਰ ਰਹੇ ਨੇ, ਇਹ ਇਸੇ ਕਰਕੇ ਕਰ ਰਹੇ ਨੇ ਵੀਰੇ, ਇਹਦੀ ਦੁਬਾਰਾ ਨਾ ਮੁਰੰਮਤ ਹੋ ਰਹੀ ਆ, ਰਿਪੇਅਰ ਹੋ ਰਹੀ ਆ। ਤੁਸੀਂ ਇਸ ਸਾਲ ਦੇ ਐਂਡ ਤੱਕ ਦੇਖਿਓ ਇਹ ਕਿੰਨੀ ਸੋਹਣੀ ਖੂਬਸੂਰਤ ਇਮਾਰਤ ਦੇ ਵਿੱਚ ਤਬਦੀਲ ਹੋ ਜਾਣਾ ਆ। ਇਹ ਪਵਿੱਤਰ ਮਸਜਿਦ ਦੇ ਵਿੱਚ ਜਾਣ ਦਾ ਰਸਤਾ ਜੀ, ਅੰਦਰ ਨੂੰ ਜਾ ਰਹੇ ਆ ਮਸਜਿਦ ਦੇ ਵਿੱਚ ਜੀ। ਇੱਕ ਤੁਸੀਂ ਗੱਲ ਦੇਖੋ ਵੀ 500 ਤੋਂ 600 ਸਾਲ ਹੋ ਗਿਆ ਹੋਣਾ ਇਹ ਮਸਜਿਦ ਬਣੀ ਨੂੰ, ਕਿਲਾ ਬਣੇ ਨੂੰ, ਅੱਜ ਵੀ ਬਿਲਡਿੰਗ ਦਿਲੋਂ ਉਸੇ ਤਰ੍ਹਾਂ ਖੜੀ ਆ, ਕੋਈ ਇਹਦੇ ਵਿੱਚ ਉਹ ਨਹੀਂ ਆਇਆ ਹੈਗਾ, ਉਵੇਂ ਹੀ ਖੜੀ ਆ। ਦੇਖੋ ਕਾਰੀਗਰੀ ਕਿੰਨੀ ਵਧੀਆ ਸੀ ਉਦੋਂ ਬੰਦਿਆਂ ਦੀ, ਕਿੰਨੀ ਵਧੀਆ ਕਾਰੀਗਰੀ ਕਰਦੇ ਸੀ, ਜਿਹੜੀਆਂ 600 ਸਾਲ ਹੋ ਗਿਆ ਅੱਜ ਵੀ ਉਸੇ ਤਰ੍ਹਾਂ ਕਾਇਮ ਨੇ ਬਰਕਰਾਰ ਆ ਇਹ ਮਸਜਿਦ ਕਿਲਾ। ਇਹ ਅੰਦਰ ਆ ਜੀ ਮਸਜਿਦ ਦੇ ਦਾ ਦ੍ਰਿਸ਼ ਜੀ। ਇਹ ਸਾਡੇ ਵੀਰ ਉਰੇ ਵਜੂ ਕਰ ਰਹੇ ਨੇ, ਜਿਹੜੀ ਹੱਥ ਪੈਰ ਧੋ ਰਹੇ ਨੇ ਨਮਾਜ਼ ਪੜ੍ਹਨ ਤੋਂ ਪਹਿਲਾਂ, ਇਹਨੂੰ ਵਜੂ ਕਰਨਾ ਕਹਿੰਦੇ ਨੇ, ਉਹ ਕਰ ਰਹੇ ਨੇ। ਸ਼ੇਖ ਸਾਹਿਬ ਕੀ ਹਾਲ ਆ? ਇਹ ਸਾਡੇ ਸ਼ੇਖ ਸਾਹਿਬ ਨੇ ਜੀ, ਇਹ ਹੈ ਨੇ ਸਾਊਦੀ ਅਰਬ ਤੋਂ, ਅਤੇ ਇਹ ਪਹਿਰਾਵਾ ਸਾਊਦੀ ਅਰਬ ਦਾ ਹੈ, ਅਤੇ ਇਹਦੇ ਨਾਨਾ ਨੇ ਭੇਜਿਆ ਜੀ ਦੇ ਸਪੈਸ਼ਲ ਦਿਨ 'ਤੇ ਇਹਨੂੰ ਇਹ ਪਹਿਰਾਵਾ। ਦੇਖੋ ਸਾਡਾ ਸ਼ੇਖ ਸਾਹਿਬ ਕਿੰਨਾ ਸੋਹਣਾ ਲੱਗਦਾ ਆ ਇਹ, ਸਭ ਨੂੰ ਖੁਸ਼ੀ ਨਾਲ ਮਨਾਉਣਾ ਚਾਹੀਦਾ ਆ। ਬਹੁਤ ਬਹੁਤ ਮੁਬਾਰਕਾਂ ਜੀ ਈਦ ਦੀਆਂ ਸ਼ੇਖ ਸਾਹਿਬ, ਵਧੀਆ ਈਦ ਮੁਬਾਰਕ। एक महीना रोजे के बदले में ईद की खुशी दी, दुआ कर अल्लाह तबारक व तआला हमारे इस रोजे को और इस ईद की नमाज को कबूल फरमाए। ਮੇਰੇ ਘਰ ਮੇਰੇ ਪਾਸੇ ਬੰਦ ਰੱਖਣਾ ਹੈ ਔਰ ਮੇਰੇ ਘਰ ਨੂੰ ਕੋਈ
बंदों को नहीं भूलता, अल्लाह तो हमें देख रहा है, अल्लाह तो हमें सुन रहा है, अल्लाह तो देखने पर कादिर है, अल्लाह तो सुनने पर कादिर है, अल्लाह तो हमारे गुनाहों को जानता भी है। अल्लाह आज हम अपने गुनाहों का इकरार करते हैं, अल्लाह हम अपने गुनाहों का इकरार करके अल्लाह माफी मांगते हैं, अल्लाह तो हम सब की गुनाहों का अता करना, अल्लाह हमारी पहले ਇਹ ਨੇ ਸਾਡੇ ਅੰਕਲ ਜੀ, ਇਹ ਦਰਾਹੇ ਬਾਜ਼ਾਰ ਤੋਂ ਨੇ ਅਤੇ ਬਹੁਤ ਮਿਹਨਤੀ ਨੇ ਅੰਕਲ ਜੀ, ਇਹ ਅੰਕਲ ਅਤੇ ਆਂਟੀ ਜੀ ਬਹੁਤ ਮਿਹਨਤ ਕਰਦੇ ਨੇ ਇਹ, ਅਸੀਂ ਛੋਟੇ ਹੁੰਦੇ ਵੀ ਇਹਨਾਂ ਤੋਂ ਖਾਂਦੇ ਰਹੇ ਹਾਂ ਅਤੇ ਅੱਜ ਵੀ ਖਾ ਰਹੇ ਹਾਂ ਜੀ। ਇਹ ਆ ਜੀ ਸਾਡੀ ਸਤਿਕਾਰਯੋਗ ਬਜ਼ੁਰਗ, ਸਾਡੀ ਮਿਹਨਤੀ ਆਂਟੀ ਜੀ, ਜਿਹਦੇ ਹੱਥਾਂ ਦਾ ਛੋਟੇ ਹੁੰਦੇ ਖਾਂਦੇ ਰਹੇ ਹਾਂ ਅਤੇ ਅੱਜ ਵੀ ਖਾਂਦੇ ਹਾਂ ਜੀ। ਅੱਜ ਨਾ ਈਦ ਦਾ ਪਵਿੱਤਰ ਤਿਉਹਾਰ ਆ ਅਤੇ ਮਿੱਠੇ ਤੋਂ ਬਿਨਾਂ ਕਾਹਦੀ ਈਦ ਆ, ਅਤੇ ਇਹ ਸੇਵੀਆਂ ਬਣਾਈਆਂ ਨੇ, ਮਿੱਠੀਆਂ ਸੇਵੀਆਂ ਨੇ ਇਹ, ਅਤੇ ਇਹਦੇ ਵਿੱਚ ਕਾਜੂ ਪਾਏ ਹੋਏ ਨੇ, ਸੌਗੀ ਪਾਈ ਹੋਈ ਆ, ਬਦਾਮ ਪਾਏ ਹੋਏ ਨੇ ਅਤੇ ਛੋਟੀ ਇਲਾਇਚੀ ਵੀ ਪਾਈ ਹੋਈ ਆ। ਦੁੱਧ ਦੇ ਵਿੱਚ ਬਣਾਈਆਂ ਹੋਈਆਂ ਸੇਵੀਆਂ ਨੇ ਇਹ, ਮਿੱਠੀਆਂ ਸੇਵੀਆਂ ਨੇ ਇਹ, ਅਤੇ ਆ ਜਾਓ ਤੁਹਾਨੂੰ ਵੀ ਖਿਲਾਉਂਦੇ ਹਾਂ ਮਿੱਠਾ, ਅਤੇ ਈਦ ਮੁਬਾਰਕ ਕਰਦੇ ਹਾਂ ਮਿੱਠੇ ਨਾਲ, ਮਿੱਠਾ ਅਸੀਂ ਖਾਂਦੇ ਹਾਂ ਨਾਲੇ ਤੁਹਾਨੂੰ ਖਿਲਾਉਂਦੇ ਹਾਂ ਜੀ। ਆ ਜਾਓ ਮਿੱਠਾ ਖਾਈਏ, ਈਦ ਮੁਬਾਰਕ ਜੀ ਮਿੱਠੇ ਦੇ ਨਾਲ। ਜਿਹੜੇ ਬਿਰਿਆਨੀ ਦੇ ਸ਼ੌਕੀਨ ਨੇ ਉਹਨਾਂ ਨੂੰ ਬਿਰਿਆਨੀ ਵੀ ਆ, ਬਿਰਿਆਨੀ ਵੀ ਬਣਾਈ ਆ, ਸ਼ੌਕੀਨ ਬਿਰਿਆਨੀ ਦੇ ਬਿਰਿਆਨੀ ਵੀ ਖਾ ਸਕਦੇ ਨੇ ਜੀ, ਮਿੱਠੇ ਵਾਲੇ ਮਿੱਠਾ, ਬਿਰਿਆਨੀ ਵਾਲੇ ਬਿਰਿਆਨੀ। ਬਾਕੀ ਜਿੰਨੇ ਵੀ ਸਾਡੀ ਵੀਡੀਓ ਇਹ ਦੇਖ ਰਹੇ ਨੇ, ਸਭ ਨੂੰ ਈਦ ਦੀਆਂ ਫਿਰ ਤੋਂ ਲੱਖ ਲੱਖ ਮੁਬਾਰਕਾਂ। ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ, ਤਾਂ ਕਿ ਸਾਡੀ ਜਦੋਂ ਵੀ ਅਸੀਂ ਨਵੀਂ ਵੀਡੀਓ ਪਾਈਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ।